ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜ ਦਰਿਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ। ਤੇ ਸਾਡੇ ਪੰਜ ਦਰਿਆ ਨਿਊਜ਼ ਦੇ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਜਿਸ ਦਾ ਨਾਮ ਹੈ ਖਾਸ ਗੱਲਬਾਤ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਨੀਚੇ ਨੰਬਰ ਜਾ ਰਿਹਾ, ਉੱਥੇ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਅੱਜ ਸਾਡੇ ਪਹਿਲੇ ਐਪੀਸੋਡ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਪੰਜ ਦਰਿਆ ਨਿਊਜ਼ ਦੇ ਐਡੀਟਰ ਅਤੇ CEO ਦਵਿੰਦਰ ਸਿੰਘ ਚੌਹਾਨ ਜੀ। ਉਹਨਾਂ ਦੇ ਨਾਲ ਖਾਸ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਪਹਿਲਾ ਸਵਾਲ ਮੈਨੂੰ ਤੋਂ ਮੇਰਾ ਇਹੀ ਹੈ ਤੁਹਾਨੂੰ ਕਿ ਜਿਹੜਾ ਅੱਜ ਕੱਲ੍ਹ ਇੱਕ ਮੁੱਦਾ ਚੱਲਿਆ ਹੈ ਕਾਵੜ ਯਾਤਰਾ ਨੂੰ ਲੈ ਕੇ, ਤੁਹਾਡੇ ਉਹਦੇ ਬਾਰੇ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਪੰਜ ਦਰਿਆ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਮਹਿੰਦਾ ਹੈਗਾ, ਜਿਹੜੀ ਕਾਵੜ ਯਾਤਰਾ ਇਸ ਟਾਈਮ ਚੱਲ ਰਹੀ ਹੈ, ਇੱਕ ਬੜਾ ਮੁੱਦਾ ਗਰਮਾਇਆ ਹੈ ਵੀ ਜਿੰਨੇ ਲੋਕ ਉੱਥੇ ਰਾਸਤੇ 'ਚ, ਕਈ ਸਟੇਟਾਂ 'ਚ ਹੈ ਜਿਵੇਂ ਕਿ UP ਹੈ, ਮੱਧ ਪ੍ਰਦੇਸ਼ ਹੈ, ਉੱਤਰਾਖੰਡ ਦਾ ਕੁਛ ਹਿੱਸਾ ਹੈਗਾ, ਇਹਨਾਂ ਵਿੱਚ ਇੱਕ ਗੱਲਬਾਤ ਕੀਤੀ ਜਾ ਰਹੀ ਹੈ ਕਿ ਵੀ ਜਿਹੜੇ ਲੋਕ ਨੇ ਉੱਥੇ ਢਾਬੇ ਕਰਦੇ ਆ ਜਾਂ ਫਲਾਂ ਦੀ ਰੇਹੜੀ ਰੱਖਦੇ ਬਣਾਈ ਹੋਈ ਉਹਨਾਂ ਨੇ ਜਾਂ ਕੋਈ ਫੜੀ ਰੇਹੜੀ ਰੜੀ ਫੜੀ ਕੀਤੀ ਹੋਈ ਹੈ, ਉਹਨਾਂ ਦੇ ਨੋ ਬਾਹਰ ਡਿਸਪਲੇ ਹੋਣੇ ਚਾਹੀਦੇ ਆ। ਫੋਰ ਇਗਜ਼ਾਮਪਲ, ਜੇ ਕੋਈ ਬੰਦਾ ਉੱਥੇ, ਪਹਿਲਾਂ ਕੀ ਹੁੰਦਾ ਸੀ ਵੀ ਢਾਬਿਆਂ ਦੇ ਨਾਂ ਹੁੰਦੇ ਸੀ ਚਿਲ ਮਿਲ ਢਾਬਾ, 5-star ਢਾਬਾ, ਹੁਣ ਉਹਨਾਂ ਨੂੰ ਸਰਕਾਰ ਵੱਲੋਂ ਆਦੇਸ਼ ਇਹ ਹੋਇਆ ਹੈਗਾ ਵੀ ਤੁਸੀਂ ਇਹਦਾ ਨੋ ਚੇਂਜ ਕਰਕੇ ਆਪਣਾ ਨੋ ਲਿਖਣਾ ਹੈ। ਸਪੋਜ ਮੇਰਾ ਨੋ ਦਵਿੰਦਰ ਸਿੰਘ ਚੌਹਾਨ ਹੈ ਤਾਂ ਮੈਨੂੰ ਉਹ ਡਿਸਪਲੇ ਕਰਨਾ ਪਊਗਾ ਦਵਿੰਦਰ ਸਿੰਘ ਚੌਹਾਨ। ਜੇ ਮੇਰਾ ਨੋ ਮੁਹੰਮਦ ਆਸਿਫ ਜਾਂ ਤਾਰਿਕ ਅਹਿਮਦ ਜਾਂ ਕੋਈ ਮੁਸਲਿਮ ਨੇਮ ਕੋਈ ਵੀ ਹੋਵੇ ਉਹ ਹੋਇਆ ਤਾਂ ਉਹ ਡਿਸਪਲੇ ਕਰਨਾ ਪਊਗਾ। ਅਤੇ ਇਸ 'ਚ ਅੱਜ ਇੱਕ ਵੱਡੀ ਰਾਹਤ ਮਿਲੀ ਹੈ, ਸੁਪਰੀਮ ਕੋਰਟ ਨੇ ਅੰਤਰਿਮ ਰੋਕ ਲਗਾ ਦਿੱਤੀ ਇਸ ਬਾਰੇ। ਉਹਨਾਂ ਨੇ ਸਾਫ਼ ਕਹਿਤਿਆ ਹੈਗਾ ਵੀ 26 ਤਰੀਕ ਤੋਂ ਬਾਅਦ ਇਹਦੀ ਸੁਣਵਾਈ ਹੋਊਗੀ, 26 ਜੁਲਾਈ ਨੂੰ ਇਸ ਮਾਮਲੇ 'ਚ ਪੂਰੀ ਸੁਣਵਾਈ ਹੋਊਗੀ। ਅਤੇ ਵੱਡਾ ਸੰਗਿਆਨ ਲੈਂਦੇ ਹੋਏ ਉਹਨਾਂ ਨੇ ਇਸ ਦੇ ਉੱਪਰ ਰੋਕ ਲਗਾਤੀ ਹੈ ਵੀ ਕੋਈ ਵੀ ਨੋ ਡਿਸਪਲੇ ਕਰਨ ਦੀ ਕੋਈ ਲੋੜ ਨਹੀਂ ਹੈ। ਅੱਛਾ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਹੀ ਕੀਤਾ ਸੀ UP ਸਰਕਾਰ ਵੱਲੋਂ ਜਾਂ ਨਹੀਂ? ਇਹ ਮੈਮ ਇਕੱਲਾ UP ਸਰਕਾਰ ਵੱਲੋਂ ਨਹੀਂ ਕੀਤਾ ਹੋਇਆ ਸੀ, ਇਹਦੇ ਵਿੱਚ ਉੱਤਰਾਖੰਡ ਵੀ ਸੀ, ਕੁਛ ਹਿੱਸਾ ਮੱਧ ਪ੍ਰਦੇਸ਼ ਦਾ ਵੀ ਸੀਗਾ। ਸਰਕਾਰਾਂ ਕੀ ਸੋਚਦੀਆਂ ਹੈ, ਉਹਨਾਂ ਦਾ ਸੋਚਣ ਦਾ ਕੀ ਤਰੀਕਾ ਹੈਗਾ, ਉਹ ਉਹਨਾਂ ਦਾ ਨਜ਼ਰੀਆ ਹੈ। ਹੁਣ ਸਾਡਾ ਕੀ ਨਜ਼ਰੀਆ, ਸਾਡੇ ਹਿਸਾਬ ਨਾਲ ਸਹੀ ਹੋਇਆ ਗਲਤ ਹੋਇਆ ਉਸ 'ਚ ਆਪਾਂ ਚਰਚਾ ਕਰਦੇ ਨੇ। ਜਿਵੇਂ ਇੱਕ ਗਲਾਸ 'ਚ ਪਾਣੀ ਹੁੰਦਾ ਹੈਗਾ, ਉਹ 'ਚ ਅੱਧਾ ਭਰਿਆ ਹੋਵੇ, ਅੱਧਾ ਖਾਲੀ ਹੋਵੇ, ਕੁਛ ਲੋਕ ਕਹਿੰਦੇ ਨੇ ਵੀ ਅੱਧਾ ਖਾਲੀ ਹੈ, ਕੁਛ ਲੋਕ ਕਹਿੰਦੇ ਅੱਧਾ ਭਰਿਆ ਵਾ, ਦੋਨੋਂ ਆਪਣੀ ਜਗ੍ਹਾ ਠੀਕ ਨੇ। ਅਤੇ ਇਸੇ ਮਾਮਲੇ 'ਚ ਜਦੋਂ ਆਪਾਂ ਇਹ ਗੱਲ ਕਰਦੇ ਨੇ ਵੀ ਜੇ ਨੋ ਲਿਖਿਆ ਸਾਈਨ ਬੋਰਡ ਲਿਖਾਓ, ਕੁਛ ਹੱਦ ਤੱਕ ਠੀਕ ਹੋ ਸਕਦਾ ਪਰ ਇਹ ਬਿਲਕੁਲ ਜਾਇਜ਼ ਨਹੀਂ ਹੈ। ਕੁਛ ਹੱਦ ਤੱਕ ਇਸ ਕਰਕੇ ਹੈਗਾ ਸੀ ਕਿ ਉਹਨਾਂ ਨੇ ਇਹ ਆਪਣਾ ਤਰਕ ਰੱਖਿਆ ਸਰਕਾਰ ਨੇ, ਅਤੇ ਉਹ ਇਹ ਕਹਿੰਦੇ ਹੈਗੇ ਆ ਵੀ ਜਿਹੜੇ ਕਾਵੜ ਯਾਤਰਾ ਦੌਰਾਨ, ਧਾਰਮਿਕ ਯਾਤਰਾ, ਬਹੁਤ ਮਹਾਨ ਯਾਤਰਾ, ਸਦੀਆਂ ਤੋਂ ਚੱਲੀ ਆ ਰਹੀ ਹੈ, 16 ਮਹੀਨੇ 'ਚ ਇਹ ਯਾਤਰਾ ਸਟਾਰਟ ਹੁੰਦੀ ਹੈ, ਉਸ ਦੀ ਸ਼ੁੱਧਤਾ ਨੂੰ ਲੈ ਕੇ ਇਹ ਜਿਹੜਾ ਆਪਣਾ ਸਟੈਪ ਗੌਰਮੈਂਟ ਨੇ ਲਿਆ ਸੀ ਵੀ ਤਾਂ ਕਿ ਕੋਈ ਬੰਦਾ ਨੋਨ ਵੈਜ ਢਾਬਿਆਂ 'ਚ ਨਾ ਜਾ ਵੜੇ। ਪਰ ਇੱਥੇ ਇੱਕ ਮੇਰੀ ਹੋਰ ਰਾਏ ਹੈਗੀ ਹੈ ਵੀ ਇਹ ਨੋ ਲਿਖਾਉਣ ਦੀ ਬਜਾਏ ਉਹਨਾਂ ਨੂੰ, ਸਰਕਾਰ ਨੂੰ ਇਹ ਚਾਹੀਦਾ ਸੀਗਾ ਵੀ ਬਾਹਰ ਵੱਡੇ ਵੱਡੇ ਅੱਖਰਾਂ 'ਚ ਲਿਖਾ ਦਿੰਦੇ ਵੀ ਇਹ ਸ਼ਾਕਾਹਾਰੀ ਹੈ, ਇੱਕ ਮਾਸਾਹਾਰੀ ਹੋਟਲ ਹੈ। ਸੈਕਿੰਡਲੀ ਫਲਾਂ ਦੇ ਰੇਹੜੀਆਂ ਦੇ ਉੱਪਰ ਵੀ ਇਹ ਕੁਛ ਇੱਦਾਂ ਦਾ ਮਹਿਸੂਸ ਹੋ ਰਿਹਾ ਵੀ ਪਿਛਲੇ ਕੁਛ ਸਮਿਆਂ 'ਤੇ ਸੋਸ਼ਲ ਮੀਡੀਆ 'ਤੇ ਕਈ ਵਾਰ ਕੁਛ ਦੇਖਣ ਨੂੰ ਮਿਲਦਾ ਸੀ ਵੀ ਕੁਛ ਧਰਮ ਦੇ ਲੋਕ ਮਿਲਾਵਟ ਕਰ ਰਹੇ ਨੇ, ਪਰ ਇਹ ਕੋਈ ਜ਼ਰੂਰੀ ਤਾਂ ਨਹੀਂ ਵੀ ਸਾਰੇ ਲੋਕ ਮਿਲਾਵਟ ਕਰਦੇ ਹੋ। ਹਿੰਦੂ ਲੋਕ ਵੀ ਕਰ ਸਕਦੇ ਹਾਂ ਮਿਲਾਵਟ, ਹਿੰਦੂ ਢਾਬੇ ਵਾਲੇ ਵੀ ਮਿਲਾਵਟ ਕਰ ਸਕਦੇ ਹਾਂ। ਇਸੇ ਸੰਦਰਭ 'ਚ ਮੈਂ ਤੁਹਾਨੂੰ ਇੱਕ ਹੋਰ ਜ਼ਰੂਰੀ ਗੱਲ ਕਰਨਾ ਚਾਹੁੰਦਾ ਹੈਗਾ, ਹੁਣ ਇਸ ਵੇਲੇ
ਕਈ ਐਸੇ ਹੋਟਲ ਨੇ ਜਿਹੜੇ ਯੂਪੀ 'ਚ ਨੇ ਜਿਹਨਾਂ ਦਾ ਮਾਲਕ ਤਾਂ ਭਾਵੇਂ ਹੀ ਮੁਸਲਮਾਨ ਹੈ, ਪਰ ਉਹਨਾਂ ਜਿਹੜੇ ਵਰਕਰ ਨੇ ਉਹ ਹਿੰਦੂ ਜੈਂਟਲਮੈਨ ਨੇ। ਉਹ ਕਈ ਬੰਦਿਆਂ ਦੀ ਨੌਕਰੀ ਜਾ ਚੁੱਕੀ ਇਸੇ ਮਾਮਲੇ 'ਚ, ਕਿਉਂਕਿ ਹੁਣ ਦੁਕਾਨਦਾਰਾਂ ਨੁਕਸਾਨ ਇੰਨਾ ਜ਼ਿਆਦਾ ਹੋ ਗਿਆ, ਉਹ ਵਿਚਾਰੇ ਸਰਵਾਈਵ ਕਿਵੇਂ ਕਰੂਗੇ। ਇਸ ਕਰਕੇ ਸਰਕਾਰ ਨੂੰ ਇਹੋ ਜਿਹੇ ਫਰਮਾਨ ਜਾਰੀ ਕਰਨ ਤੋਂ ਪਹਿਲਾਂ ਬਹੁਤ ਕੁਛ ਸੋਚਣਾ ਵਿਚਾਰਨਾ ਚਾਹੀਦਾ ਹੈਗਾ ਵੀ ਆਪਾਂ ਕੀ ਕਰਨ ਜਾ ਰਹੇ ਹਾਂ। ਮੇਰੇ ਹਿਸਾਬ ਨਾਲ ਤਾਂ ਇਹ ਠੀਕ ਨਹੀਂ ਹੋਇਆ ਸੀ, ਸੁਪਰੀਮ ਕੋਰਟ ਨੇ ਅੰਤਰਿਮ ਰੋਕ ਲਗਾ ਦਿੱਤੀ ਹੈ, ਮਾਮਲਾ ਸੁਪਰੀਮ ਕੋਰਟ 'ਚ ਹੈ। ਬਹੁਤ ਜ਼ਿਆਦਾ ਇਸ ਬਾਰੇ ਆਪਾਂ ਬੋਲ ਵੀ ਨਹੀਂ ਸਕਦੇ ਵੀ ਗਲਤ ਹੋਇਆ ਸਹੀ ਹੋਇਆ। ਹੁਣ ਮਾਣਯੋਗ ਸੁਪਰੀਮ ਕੋਰਟ ਇਸ ਬਾਰੇ ਕੋਈ ਆਪਣਾ ਨਿਆਂ ਫੈਸਲਾ ਸੁਣਾਵੇਗੀ 26 ਤਰੀਕ ਨੂੰ, ਫਿਰ ਦੇਖਦੇ ਜੀ ਕੀ ਹੋਊਗਾ। ਸਰਕਾਰਾਂ ਵੱਲੋਂ ਇਹ ਫਰਮਾਨ ਪਹਿਲਾਂ ਵੀ ਦਿੱਤਾ ਗਿਆ ਸੀ ਜਾਂ ਇਹ ਹੁਣੇ ਦਿੱਤਾ ਗਿਆ, ਇਸ ਬਾਰੇ ਕੀ ਕਹੋਗੇ? ਮੈਮ, ਇਸ ਬਾਰੇ ਇਹ ਵਿਚਾਰ ਹੈ ਕਿ ਜਿੱਥੇ ਤੱਕ ਮੇਰੀ ਨੌਲੇਜ ਹੈ ਵੀ ਇਹ ਫਰਮਾਨ ਪਹਿਲੀ ਵਾਰ ਜਾਰੀ ਹੋਇਆ, ਅਤੇ ਇੱਦਾਂ ਦਾ ਫਰਮਾਨ ਜਾਰੀ ਕਰਨ ਤੋਂ ਪਹਿਲਾਂ ਸਰਕਾਰਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਹੈਗਾ ਵੀ ਇੱਕ ਕਮਿਊਨਿਟੀ 'ਤੇ ਫਿਰ ਟਾਰਗੇਟ ਹੋ ਜਾਂਦਾ ਹੈਗਾ। ਹੁਣ ਜੇ ਆਪਾਂ ਗੱਲ ਕਰਦੇ ਨੇ ਵੀ ਇਹ ਵਾਰ ਵਾਰ ਕਹਿ ਰਹੇ ਨੇ ਵੀ ਨੌ ਲਿਖਾਇਆ ਜਾਵੇ ਤਾਂ ਕਿ ਪਤਾ ਲੱਗ ਸਕੇ ਵੀ ਇੱਥੇ ਕਿਸ ਕਮਿਊਨਿਟੀ ਦੇ ਬੰਦੇ ਆਪਣਾ ਢਾਬਾ ਚਲਾ ਰਹੇ ਨੇ, ਇਹ ਸੰਵਿਧਾਨ ਦੇ ਥੋੜ੍ਹਾ ਖਿਲਾਫ਼ ਵੀ ਹੈਗਾ। ਜੇ ਆਪਾਂ ਇਸੇ ਸੰਦਰਭ 'ਚ ਗੱਲ ਕਰੀਏ, ਜੇ ਆਪਾਂ ਮਾਤਾ ਵੈਸ਼ਨੋ ਦੇਵੀ ਜਿਹੜੇ ਬਹੁਤ ਹੀ ਵੱਡਾ ਹਿੰਦੂਆਂ ਦਾ ਧਾਰਮਿਕ ਸਥਾਨ ਹੈ, ਤੀਰਥ ਯਾਤਰਾ ਵਾਸਤੇ ਲੱਖਾਂ ਲੋਕ ਉੱਥੇ ਜਾਂਦੇ ਨੇ, ਅਤੇ ਉੱਥੇ ਵੀ ਤਾਂ ਸਾਰੇ ਹੀ ਮੁਸਲਿਮ ਲੋਕ ਨੇ, ਉੱਥੇ ਵੀ ਮੁਸਲਿਮ ਲੋਕ ਢਾਬੇ ਚਲਾਉਂਦੇ ਨੇ, ਉੱਥੇ ਵੀ ਮੁਸਲਿਮ ਲੋਕ ਯਾਤਰਾ ਕਰਵਾਉਂਦੇ ਨੇ, ਫਿਰ ਤਾਂ ਜੇ ਇਹ ਰੀਤ ਇੱਥੇ ਚੱਲ ਗਈ ਤਾਂ ਉੱਥੇ ਵੀ ਚੱਲੂਗੀ। ਇਸੇ ਤਰ੍ਹਾਂ ਉੱਤਰਾਖੰਡ, ਤੁਸੀਂ ਦੇਖਿਆ ਹੋਣਾ ਪਿੱਠੂਆਂ 'ਤੇ ਜਿਹੜੇ ਲੋਕ ਜਾਂਦੇ ਨੇ ਉੱਥੇ ਵੀ ਮੁਸਲਮਾਨ ਹੁੰਦੇ ਨੇ। ਹੁਣੇ ਹੁਣੇ ਧਾਰਮਿਕ ਯਾਤਰਾ ਹਲੇ ਚੱਲ ਹੀ ਰਹੀ ਹੈ, ਸ਼ਾਇਦ ਥੋੜ੍ਹੀ ਰਹਿ ਗਈ ਹੈ ਅਮਰਨਾਥ ਯਾਤਰਾ, ਅਤੇ ਉਸ ਅਮਰਨਾਥ ਯਾਤਰਾ ਬਾਰੇ ਵੀ ਮੈਂ ਇਹ ਕਹਿਣਾ ਚਾਹਾਂਗਾ, ਅਮਰਨਾਥ ਯਾਤਰਾ 'ਚ ਵੀ 90% ਜਿਹੜੇ 90% ਤੋਂ ਵੱਧ ਮੁਸਲਮਾਨ ਲੋਕ ਹੀ ਸੇਵਾ ਕਰਦੇ ਯਾਤਰੀਆਂ ਦੀ। ਸੋ ਮੇਰੇ ਹਿਸਾਬ ਨਾਲ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਵੀ ਕੋਈ ਵੀ ਆਪਾਂ ਕਿਸੇ ਧਰਮ ਨੂੰ ਕਿਸੇ ਜਾਤ ਨੂੰ, ਸਾਰੇ ਹੀ ਧਰਮ ਸਤਿਕਾਰਯੋਗ ਨੇ, ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ। ਇੱਕ ਹਿੰਦੂ ਜਾਂ ਮੁਸਲਮਾਨ ਕਰਕੇ ਆਪਾਂ ਨੂੰ ਇੱਦਾਂ ਦੀ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ ਜਿਸ 'ਚ ਸਾਡੇ ਦੇਸ਼ 'ਚ ਫ੍ਰਿਕਸ਼ਨ, ਸਾਡੇ ਦੇਸ਼ ਦੇ ਲੋਕਾਂ 'ਚ ਫ੍ਰਿਕਸ਼ਨ ਆਵੇ, ਭਾਈਚਾਰੇ 'ਚ ਕੋਈ ਕਮੀ ਆਵੇ। ਸਰ, ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਵੱਲੋਂ ਕਮਿਊਨਿਟੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ? ਦੇਖੋ, ਮੈਂ ਇੱਦਾਂ ਹੈਗਾ ਵੀ ਲੱਗ ਤਾਂ ਰਿਹਾ ਵੀ ਜਿਸ ਹਿਸਾਬ ਨਾਲ ਫਰਮਾਨ ਜਾਰੀ ਕੀਤਾ ਵੀ ਇੱਕ ਸਪੈਸ਼ਲ ਕਮਿਊਨਿਟੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ, ਮੁਸਲਿਮ ਕਮਿਊਨਿਟੀ ਨੂੰ। ਸਾਰੇ ਧਰਮ ਸਨਮਾਨਯੋਗ ਨੇ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਜੈਨੀ ਹੈ, ਬੋਧੀ ਹੈ, ਸਾਰੇ ਧਰਮਾਂ ਦਾ ਆਪਣਾ ਆਪਣਾ ਸਤਿਕਾਰ ਹੈ। ਅਤੇ ਕੋਈ ਜ਼ਰੂਰੀ ਨਹੀਂ ਹੈ ਵੀ ਜੇ ਕੋਈ ਹਿੰਦੂ ਉੱਥੇ ਢਾਬਾ ਚਲਾ ਰਿਹਾ ਤਾਂ ਉਹ ਸਾਫ਼ ਸੁਥਰਾ ਬਣਾ ਰਿਹਾ ਹੋਵੇ, ਜਾਂ ਕੋਈ ਮੁਸਲਮਾਨ ਬਣਾ ਰਿਹਾ ਹੋ ਸਕਦਾ ਉਹ ਠੀਕ ਨਾ ਬਣਾ ਰਿਹਾ ਹੋਵੇ, ਫਿਰ ਸਾਰੇ ਮੁਸਲਮਾਨਾਂ ਨੂੰ ਮੁਸਲਿਮ ਕਮਿਊਨਿਟੀ ਨੂੰ ਟਾਰਗੇਟ ਕਰਨਾ, ਉਹਦੇ ਵਾਸਤੇ ਤਾਂ ਮੈਨੂੰ ਲੱਗਦਾ ਜਾਇਜ਼ ਨਹੀਂ ਹੈ। ਅਸੀਂ ਲਾਸਟ ਕਾਫੀ ਸਮੇਂ 'ਚ ਦੇਖਦੇ ਆ ਰਹੇ ਹਾਂ ਇਹ ਹਿੰਦੂ ਮੁਸਲਮਾਨ ਅਜਿਹਾ ਨਹੀਂ ਹੋ ਰਿਹਾ, ਇਹ ਕਾਫੀ ਸਾਲਾਂ ਤੋਂ ਹੈ, ਔਰ ਇਹ ਜਿਹੜਾ ਮੁੱਦਾ ਹੈਗਾ ਕਾਫੀ ਟਾਈਮਾਂ ਤੋਂ ਪੋਲੀਟੀਕਲ ਰੰਗਤ 'ਚ ਰੰਗਿਆ ਹੋਇਆ ਇਹ। ਤੁਸੀਂ ਆਮ ਤੌਰ 'ਤੇ ਦੇਖਿਆ ਹੋਣਾ ਕੋਈ ਫਿਲਮ ਹੋਵੇ, ਕੋਈ ਸੀਰੀਅਲ ਹੋਵੇ, ਜੇ ਉੱਥੇ ਕਿਸੇ ਨੂੰ ਟੈਰੋਰਿਸਟ ਦਿਖਾਉਣਾ ਹੋਵੇ ਤਾਂ ਉਹ ਮੁਸਲਮਾਨ ਹੀ ਦਿਖਾਇਆ ਜਾਂਦਾ ਹੈ। ਇਹ ਮੇਰਾ ਫਿਲਮ ਮੇਕਰਸ ਨੂੰ ਮੇਰੇ ਵੱਲੋਂ ਵੀ ਸਵਾਲ ਹੈ ਵੀ ਜੇ ਕੋਈ ਮੁਸਲਿਮ ਹੈ ਤਾਂ ਜ਼ਰੂਰੀ ਹੈ ਵੀ ਆਤੰਕਵਾਦੀ ਹੋਊਗਾ? ਆਤੰਕਵਾਦੀ ਦਾ ਕੋਈ ਜਾਤ ਕੋਈ ਧਰਮ ਨਹੀਂ ਹੁੰਦਾ, ਆਤੰਕਵਾਦੀ ਸਿੱਖ ਵੀ ਹੋ ਸਕਦਾ, ਆਤੰਕਵਾਦੀ ਮੁਸਲਮਾਨ ਵੀ ਹੋ ਸਕਦਾ, ਆਤੰਕਵਾਦੀ ਹਿੰਦੂ ਵੀ ਹੋ ਸਕਦਾ। ਇਹ 'ਤੇ ਉੱਪਰ ਆਪਾਂ ਲੰਬੀ ਡਿਬੇਟ ਕਰ ਸਕਦੇ ਹਾਂ, ਇਸ ਟਾਈਮ ਇਸ ਦੇ ਉੱਪਰ ਡਿਬੇਟ ਕਰਨਾ ਬਿਲਕੁਲ ਜਾਇਜ਼ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹ ਹੈ ਜਦੋਂ ਵੀ ਕੋਈ ਫਿਲਮ ਮੇਕਰਸ
ਉਹ ਫਿਲਮ ਬਣਾਉਂਦੇ ਹਨ, ਕਿਉਂਕਿ ਦੇਖੋ ਦੁਨੀਆ ਸਿੱਖਦੀ ਹੈ, ਫਿਲਮਾਂ ਦੇਖਦੀ ਹੈ ਵੀ ਇਹ ਮਨੋਰੰਜਨ ਵੀ ਹੁੰਦਾ, ਲੇਕਿਨ ਫਿਲਮਾਂ ਤੋਂ ਲੋਕ ਸਿੱਖਦੇ ਵੀ ਹੈ। ਫਿਲਮ ਮੇਕਰਸ ਨੂੰ ਜਾਂ ਵੈਬ ਸੀਰੀਜ਼ ਬਣਾਉਣ ਵਾਲਿਆਂ ਨੂੰ ਇੱਕ ਖਾਸ ਖਿਆਲ ਰੱਖਣਾ ਚਾਹੀਦਾ ਵੀ ਕਮਿਊਨਿਟੀ ਦਾ ਘਟਨਾ ਹੋਵੇ ਜਾਂ ਉਸ ਤੁਹਾਨੂੰ ਇਸ ਤਰੀਕੇ ਦਾ ਹੋਵੇ ਵੀ ਦੋਵੇਂ ਬੰਦੇ ਨੂੰ ਨਾ ਪਤਾ ਲੱਗੇ। ਫਿਲਮਾਂ ਤੁਸੀਂ ਦੇਖਿਆ ਹੁਣ ਆਮ ਤੌਰ 'ਤੇ ਖਾਨ ਇਹ ਉਹ ਇਸ ਤਰੀਕੇ ਨਾਲ ਉਹ ਬਣਾ ਕੇ ਉਹ ਟਾਰਗੇਟ ਕਰ ਦਿੰਦੇ ਹੋ। ਇਸ ਜਿਹੜਾ ਹੁਣ ਪ੍ਰਕਰਨ ਚੱਲ ਰਿਹਾ ਇਸ 'ਚ ਇੱਕ ਮੇਰੀ ਰਾਏ ਹੈਗੀ ਪਰਸਨਲ ਸਰਕਾਰਾਂ ਅੱਗੇ ਵੀ ਜ਼ਰੂਰੀ ਨਹੀਂ ਹੈ ਵੀ ਢਾਬਿਆਂ ਦਾ ਨੋਟ ਪੱਕਾ ਚੇਂਜ ਕਰਿਆ। ਸੁਪਰੀਮ ਕੋਰਟ 'ਚ ਮਾਮਲਾ ਪੈਂਡਿੰਗ ਹੈਗਾ, ਮਾਮਲਾ ਵਿਚਾਰਾਧੀਨ ਹੈਗਾ, ਹਾਲੇ ਤਾਂ ਅੰਤਰਿਮ ਰਾਹਤ ਮਿਲੀ ਹੈ, ਹੋ ਸਕਦਾ ਸੁਪਰੀਮ ਕੋਰਟ ਕੁਛ ਸਟੇਅ ਪੱਕੀ ਲਾ ਦੇਵੇ। ਇੱਕ ਸਰਕਾਰਾਂ ਨੂੰ ਇੱਕ ਹੋਰ ਚੀਜ਼ ਚਾਹੀਦੀ ਕਰਨੀ ਮੇਰੇ ਰਾਏ ਨਾਲ, ਵੀ ਜਿਵੇਂ ਕਿ ਹੁਣ ਕਾਵੜ ਦਾ ਯਾਤਰਾ ਚੱਲਦੀ ਹੈ, ਬਹੁਤ ਹੀ ਪਾਵਨ ਮਹੀਨਾ ਹੁੰਦਾ ਸਾਵਣ ਦਾ ਮਹੀਨਾ, ਉਸ ਦਰਮਿਆਨ ਸਰਕਾਰ ਕਿਉਂ ਨਹੀਂ ਆਪਣੇ ਹੀ ਆਊਟਲੈਟ ਖੋਲ੍ਹ ਦਿੰਦੀ ਹੈ, ਬਜਾਏ ਕਿ ਕਿਸੇ ਨੂੰ ਕਹਿਣ ਦੇ ਵੀ ਆਪਣਾ ਨਾਂ ਚੇਂਜ ਕਰੋ, ਆਪਣੇ ਆਊਟਲੈਟਸ ਖੋਲ੍ਹ ਦੇਵੇ, ਸ਼ੁੱਧ ਸ਼ਾਕਾਹਾਰੀ ਭੋਜਨ ਆਪ ਬਣਾਵੇ, ਸ਼ੁੱਧ ਰੱਖੇ। ਸਰਕਾਰ 15-15, 20-20 ਕਿਲੋਮੀਟਰ 'ਤੇ ਕਿਉਂ ਨਹੀਂ ਛੋਟੇ ਛੋਟੇ ਆਊਟਲੈਟਸ ਖੋਲ੍ਹ ਕੇ ਆਪਣਾ ਇੱਥੇ ਢਾਬਾ ਖੋਲ੍ਹ ਲਵੇ, ਚਾਹ ਦੀ ਦੁਕਾਨ ਖੋਲ੍ਹ ਲਵੇ, ਸਰਕਾਰ ਹੀ ਚਲਾਵੇ, ਫਿਰ ਕਿਆ ਲੋੜ ਹੈ ਫਰਮਾਨ ਜਾਰੀ ਕਰਨ ਦੇ। ਜਾਣਦੇ ਜਾਣਦੇ ਤੁਸੀਂ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ? ਦੇਖੋ ਮੈਂ ਤਾਂ ਆਡੀਅੰਸ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਪਿਆਰ ਸਤਿਕਾਰ ਆਪਸ 'ਚ ਮਿਲ ਜੁਲ ਕੇ ਰਹਿਣਾ ਚਾਹੀਦਾ, ਚਾਹੇ ਹਿੰਦੂ ਹੋ ਚਾਹੇ ਮੁਸਲਿਮ ਹੋਵੇ, ਇਹ 'ਚ ਕੋਈ ਫਰਕ ਨਹੀਂ ਹੈਗਾ, ਸਭ ਧਰਮ ਸਤਿਕਾਰ ਹੋ ਗਿਆ। ਜੇ ਕੋਈ ਜਿਸ ਤਰੀਕੇ ਨਾਲ ਇਹ ਕਹਿੰਦੇ ਵੀ ਦੂਸ਼ਿਤ ਕਰ ਦਿੰਦੇ ਖਾਣਾ ਅਤੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ, ਜੇ ਜਿਹੜੇ ਲੋਕ ਕਰਦੇ ਨੇ ਉਹ ਗਲਤ ਕਰਦੇ ਨੇ ਉਹਨਾਂ ਖਿਲਾਫ਼ ਐਕਸ਼ਨ ਹੋਣਾ ਚਾਹੀਦਾ ਹੈਗਾ, ਪਰ ਇੱਕ ਬੰਦੇ ਕਰਕੇ ਸਾਰਿਆਂ ਦੇ ਉੱਪਰ ਕੋਈ ਮਤਲਬ ਜ਼ਰੂਰੀ ਨਹੀਂ ਆਪਾਂ ਐਕਸ਼ਨ ਲਈਏ, ਕਿਉਂਕਿ ਉਹਨਾਂ ਦੇ ਨਾਲ ਕਈ ਲੋਕਾਂ ਦੀ ਰੋਜ਼ੀ ਰੋਟੀ ਜੁੜੀ ਹੁੰਦੀ ਹੈ, ਉਹਨਾਂ ਦੇ ਪਰਿਵਾਰ ਵੀ ਹੈ, ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈਗਾ। ਸੋ ਇੱਕ ਮੈਂ ਹੋਰ ਰਿਕੁਐਸਟ ਕਰਨਾ ਚਾਹੁੰਦਾ ਸਰਕਾਰਾਂ ਨੂੰ ਵੀ ਹਰ ਸਾਲ ਸੁਣਨੇ 'ਚ ਆਉਂਦਾ ਵੀ ਕਾਵੜ ਯਾਤਰਾ ਦੌਰਾਨ ਬੜੇ ਬੜੇ ਹਾਦਸੇ ਹੋ ਜਾਂਦੇ ਨੇ, ਉਸ ਵਾਸਤੇ ਜਿਹੜੇ ਕਾਵੜ ਯਾਤਰੀ ਹੁੰਦੇ ਹੈ ਉਹਨਾਂ ਵਾਸਤੇ ਇੱਕ ਸੇਫ ਪੈਸੇਜ ਹੋਣਾ ਚਾਹੀਦਾ ਤਾਂ ਕਿ ਉਹ ਸੇਫਟੀ ਦੇ ਨਾਲ ਆਪਣੀ ਯਾਤਰਾ ਪੂਰੀ ਕਰ ਸਕੇ। ਬਾਕੀ ਮੈਮ ਜਿਹੜਾ ਇਹ ਮਾਮਲਾ ਹੈ ਸੁਪਰੀਮ ਕੋਰਟ 'ਚ ਵਿਚਾਰਾਧੀਨ ਹੈ, 26 ਤਰੀਕ ਨੂੰ ਜਿਹੜਾ ਵੀ ਫੈਸਲਾ ਸੁਪਰੀਮ ਕੋਰਟ ਕਰੂਗਾ ਉਹ ਸਭ ਨੂੰ ਮਨਜ਼ੂਰ ਹੋਵੇਗਾ। ਧੰਨਵਾਦ। ਇਹ ਸਨ ਸਾਡੇ ਨਾਲ ਪੰਜ ਜ਼ਰਿਆ ਨਿਊਜ਼ ਚੈਨਲ ਦੇ ਐਡੀਟਰ ਅਤੇ CEO ਦਵਿੰਦਰ ਸਿੰਘ ਚੌਹਾਨ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਖਾਸ ਗੱਲਬਾਤ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਨੰਬਰ 'ਤੇ ਕਾਲ ਕਰ ਸਕਦੇ ਹੋ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਇਸ ਦੇ ਨਾਲ ਹੀ ਮੈਨੂੰ ਹਰਪ੍ਰੀਤ ਕੌਰ ਨੂੰ ਅਤੇ ਕੈਮਰਾਮੈਨ ਬਿੰਦਰ ਨੂੰ ਜਾਣ ਦੀ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪੰਜ ਦਰਿਆ ਨਿਊਜ਼। ਸਤਿ ਸ਼੍ਰੀ ਅਕਾਲ।